ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ DGP ਸੁਮੇਰ ਸਿੰਘ ਸੈਣੀ ਦੀ ਬੇਲ ਐਪਲੀਕੇਸ਼ਨ ਮੰਗਲਵਾਰ ਨੂੰ ਹੀ ਰੱਦ ਕਰ ਦਿੱਤੀ ਸੀ। ਹੁਣ ਇਸ ਮਾਮਲੇ ਵਿੱਚ ਡਿਟੇਲਡ ਆਰਡਰ ਸਾਹਮਣੇ ਆਇਆ ਹੈ। ਤੁਹਾਨੂੰ ਇਹ ਦੱਸ ਦਵਾਂ ਕਿ ਮਾਮਲਾ 1991 ਦਾ ਹੈ, ਜਦੋਂ ਬਲਵੰਤ ਸਿੰਘ ਮੁਲਤਾਨੀ ਨਾਮ ਦੇ ਸ਼ਖਸ ਨੂੰ ਕਥਿਤ ਤੌਰ 'ਤੇ ਚੁੱਕਿਆ ਗਿਆ ਸੀ ਉਹਨਾਂ ਦੇ ਘਰੋਂ, ਅਤੇ ਸੁਮੇਰ ਸਿੰਘ ਸੈਣੀ 'ਤੇ ਇਲਜ਼ਾਮ ਇਹ ਹੈ ਕਿ ਉਹਨਾਂ ਨੂੰ ਪੁਲਿਸ ਕਸਟਡੀ ਵਿੱਚ ਟੋਰਚਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਜਿਵੇਂ ਕਿ ਸਰਕਾਰ ਨੇ ਦਲੀਲ ਦਿੱਤੀ ਹੈ, ਪਟੀਸ਼ਨਰ ਸੁਮੇਰ ਸਿੰਘ ਸੈਣੀ ਬਲੂ ਆਈਡ ਬੋਏ ਰਹੇ ਨੇ, ਜਿਨ੍ਹਾਂ ਦੀ ਰਾਜਨੀਤੀ ਵਿੱਚ ਕਾਫੀ ਰਸੂਖ ਵੀ ਰਿਹਾ ਅਤੇ ਉਹ ਲਾਅ ਅਨਟੂ ਹਿਮਸੈਲਫ ਸੀਗੇ, ਅਤੇ ਉਹਨਾਂ ਨੇ ਨਿਆਇਕ ਪ੍ਰਕਿਰਿਆ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਹੜਾ ਕਿ ਜ਼ਾਹਿਰ ਹੁੰਦਾ ਹੈ ਅਦਾਲਤ ਦੀ ਓਬਜ਼ਰਵੇਸ਼ਨਸ ਤੋਂ, ਜਿਹੜੀਆਂ ਕਿ ਵਿਨੋਦ ਕੁਮਾਰ ਦੇ ਕੇਸ ਵਿੱਚ ਦਿੱਤੀ ਗਈਆਂ ਨੇ। ਇਸ ਤੋਂ ਪਹਿਲਾਂ ਦੋ ਜੱਜਾਂ ਨੇ ਸੁਮੇਰ ਸਿੰਘ ਸੈਣੀ ਦੀ ਜਿਹੜੀ ਅਰਜ਼ੀ ਹੈ ਉਹ ਸੁਣਨ ਤੋਂ ਵੀ ਮਨਾ ਕਰ ਦਿੱਤਾ ਸੀਗਾ। ਅਦਾਲਤ ਨੇ ਇਹ ਵੀ ਕਿਹਾ ਕਿ ਗਾਇਬ ਹੋਣ ਦੇ ਦਿਨ ਤੋਂ ਹੀ ਬਲਵੰਤ ਸਿੰਘ ਮੁਲਤਾਨੀ ਦਾ ਪਰਿਵਾਰ ਹਰ ਕੋਸ਼ਿਸ਼ ਕਰਦੇ ਰਿਹਾ ਕਿ ਉਹਨਾਂ ਵਾਸਤੇ ਜਿਹੜੀ ਨਿਆਇਕ ਪ੍ਰਕਿਰਿਆ ਹੈ ਉਹਨੂੰ ਸ਼ੁਰੂ ਕੀਤਾ ਜਾਵੇ, ਪਰ ਉਹ ਕੀਤੀ ਨਹੀਂ ਜਾ ਸਕੀ। ਅਦਾਲਤ ਨੇ ਵੀ ਕਿਹਾ ਕਿ ਭਾਵੇਂ ਰਾਜਨੀਤਿਕ ਕਾਰਨ ਰਹੇ ਹੋਣ ਜਾਂ ਕੋਈ ਹੋਰ, ਕਈ ਗੰਭੀਰ ਜਿਹੜੇ ਅਪਰਾਧ ਨੇ ਉਹ ਕਈ ਸਾਲਾਂ ਤੱਕ ਲੰਬੇ ਸਮੇਂ ਤੱਕ ਦਬੇ ਰਹਿੰਦੇ ਹਨ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ ਉਹ ਗੰਭੀਰ ਅਪਰਾਧਾਂ ਪਿੱਛੇ ਜਿਹੜੇ ਲੋਕ ਨੇ ਉਹਨਾਂ 'ਤੇ ਹੱਥ ਪਾਉਣ ਤੋਂ ਡਰਨ ਨਾ। ਅਦਾਲਤ ਨੇ ਕਿਹਾ ਕਿ ਹੁਣ ਜਦੋਂ ਇਨਵੈਸਟੀਗੇਟਿੰਗ ਏਜੰਸੀ ਯਾਨੀ ਜਾਂਚ ਏਜੰਸੀ ਉੱਠੀ ਹੈ ਅਤੇ ਉਸਨੇ ਹਿੰਮਤ ਦਿਖਾਈ ਹੈ ਕਿ ਆਪਣੇ ਹੀ ਅਫਸਰ ਦੇ ਖਿਲਾਫ ਤਫਤੀਸ਼ ਕਰੇ, ਇਸ ਕਰਕੇ ਜਿਹੜੇ ਜ਼ਰੂਰੀ ਸਬੂਤ ਹਨ ਉਸ ਨੂੰ ਸੰਭਾਲ ਕੇ ਰੱਖਣਾ ਬੜਾ ਹੀ ਜ਼ਰੂਰੀ ਹੈ। ਅਪਰਾਧ ਦੀ ਗੰਭੀਰਤਾ ਨੂੰ ਵੇਖਦੇ ਹੋਏ ਅਦਾਲਤ ਨੇ ਕਿਹਾ ਕਿ ਪਟੀਸ਼ਨਰ ਸੁਮੇਰ ਸਿੰਘ ਸੈਣੀ ਜਾਂਚ ਦੇ ਵਿੱਚ ਅੜਚਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਇਸ ਕਰਕੇ ਉਹਨਾਂ ਦੀ ਕਸਟੋਡੀਅਲ ਇੰਟੈਰੋਗੇਸ਼ਨ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਇਹ ਜਿਹੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਸੀਗਾ ਇਸ ਦੀ ਸਾਰੀ ਸੱਚਾਈ ਸਾਹਮਣੇ ਆ ਸਕੇ। ਇਹ ਕਹਿੰਦੇ ਹੋਏ ਅਦਾਲਤ ਨੇ ਜਿਹੜੀ ਸੁਮੇਰ ਸਿੰਘ ਸੈਣੀ ਦੀ ਬੇਲ ਐਪਲੀਕੇਸ਼ਨ ਸੀ ਉਸਨੂੰ ਰਿਜੈਕਟ ਕਰ ਦਿੱਤਾ ਹੈ।